ਜੋ ਵਾਈਡਨ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਫੀਸ ਵਿੱਚ ਭਾਰੀ ਵਾਧੇ ਦਾ ਪ੍ਰਸਤਾਵ ਕੀਤਾ ਇਸ ਵਿੱਚ ਉੱਚ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਚ ਬਹੁਤ ਮਸ਼ਹੂਰ H1B ਵੀਜ਼ਾ ਸ਼ਾਮਲ ਹੈ ਜੋ ਕਿ ਭਾਰਤੀ ਤਕਨੀਕੀ ਪੇਸ਼ੇਵਰਾਂ ਚ ਬਹੁਤ ਮਸ਼ਹੂਰ ਹੈ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵੱਲੋਂ ਬੁੱਧਵਾਰ ਨੂੰ ਪ੍ਰਕਾਸ਼ਿਤ ਨਿਯਮ ਦੇ ਵਿੱਚ H1B ਵੀਜ਼ਾ ਦੇ ਲਈ ਅਰਜ਼ੀ ਫੀਸ 460 ਡਾਲਰ ਤੋਂ ਵਧਾ ਕੇ 780 ਡਾਲਰ ਅਤੇ L1 ਦੇ ਲਈ 460 ਡਾਲਰ ਤੋਂ ਵਧਾ ਕੇ 1385 ਡਾਲਰ ਕਰਨ ਦਾ ਪ੍ਰਸਤਾਵ ਹੈ। ਉੱਥੇ ਹੀ O1 ਵੀਜ਼ਾ ਦੇ ਲਈ ਅਰਜ਼ੀ ਫੀਸ 460 ਡਾਲਰ ਤੋਂ ਵਧਾ ਕੇ 1055 ਡਾਲਰ ਕਰਨ ਦਾ ਪ੍ਰਸਤਾਵ ਹੈ। H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਇਹਨਾਂ ਵਿੱਚ ਟੈਕਨੋਲੋਜੀ ਦੀ ਮੁਹਾਰਤ ਦੀ ਲੋੜ ਹੁੰਦੀ ਹੈ। ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਇਸਤੇ ਨਿਰਭਰ ਕਰਦੀਆਂ ਨੇ। ਅਮਰੀਕੀ ਗ੍ਰਾਂਭ ਵਿਭਾਗ ਨੇ ਨੋਟੀਫਿਕੇਸ਼ਨ ਚ ਕਿਹਾ ਹੈ ਕਿ ਯੂਐਸਸੀਆਈਐਸ ਨੂੰ ਮੁੱਖ ਤੌਰ ਤੇ ਬਿਨੇਕਾਰਾਂ ਤੋਂ ਇਕੱਠੀ ਕੀਤੀ ਗਈ ਫੀਸ ਦੇ ਨਾਲ ਫੰਡ ਦਿੱਤਾ ਜਾਂਦਾ ਹੈ ਪ੍ਰਤਾਵਤ ਨਿਯਮ ਦੇ ਲਈ 60 ਦਿਨਾਂ ਦਾ ਜਨ ਤੱਕ ਇਤਰਾਜ਼ ਦਾਇਰ ਕਰਨ ਦੀ ਮਿਆਦ ਹੋਏਗੀ ਉਸ ਤੋਂ ਬਾਅਦ ਇਸ ਦੇ ਲਾਗੂ ਹੋਣ ਦੀ ਉਮੀਦ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਯੂਐਸਸੀਆਈਐਸ ਤੋਂ ਲਗਭਗ 96% ਫੰਡਿੰਗ ਅਜਈਆਂ ਫਾਈਲਾਂ ਤੋਂ ਫੀਸਾਂ ਤੋਂ प्राप्त ਕੀਤੀ ਜਾਂਦੀ ਹੈ 코로나 ਮਹਾਮਾਰੀ ਕਾਰਨ ਅਮਰੀਕਾ ਦੀ ਇਮੀਗ੍ਰੇਸ਼ਨ ਸੇਵਾਵਾਂ ਦੀ ਕਮਾਈ ਪ੍ਰਭਾਵਿਤ ਹੋਈ ਹੈ ਅਮਰੀਕਾ ਦੀ ਸਟਾਫ ਦੀ ਕਮੀ ਹੈ ਇਸਦੇ ਲਈ ਇਮੀਗ੍ਰੇਸ਼ਨ ਏਜੰਸੀ ਤੇ ਪੁਰਾਣੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦਾ ਦਬਾਅ ਬਣ ਰਿਹਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਏਜੰਸੀ ਨੇ ਦੱਸਿਆ ਕਿ ਪ੍ਰਸਤਾਵ ਫੀਸ ਦੀ ਸਮੀਖਿਆ ਤੋਂ ਬਾਅਦ ਬਣਾਇਆ ਗਿਆ ਇਸ ਸਮੀਖਿਆ ਵਿੱਚ ਪਾਇਆ ਗਿਆ ਹੈ ਕਿ ਏਜੰਸੀ ਦੀ ਮੌਜੂਦਾ ਫੀਸ ਵਿੱਚ ਸਾਲ 2016 ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ